ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ ਪਹੁੰਚ ਕੇ ਕਈ ਵੱਡੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਹਨਾਂ ਜਲਸਿਆਂ ਦੌਰਾਨ ਉਹਨਾਂ ਨੇ ਅਕਾਲੀ ਭਾਜਪਾ ਸਰਕਾਰ ਤੇ ਖੂਬ ਸ਼ਬਦੀ ਹਮਲੇ ਕੀਤੇ। ਉਹਨਾਂ ਨੇ ਬਾਦਲਾਂ ਤੇ ਵਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਨੇ ਸਾਰੀਆਂ ਮਰਿਆਦਾਵਾਂ ਲੰਘ ਕੇ ਸਰਕਾਰੀ ਤੰਤਰ ਦਾ ਪ੍ਰਯੋਗ ਆਪਣਾ ਵਪਾਰ ਤੇ ਨਿੱਜੀ ਜਾਇਦਾਦ ਵਧਾਉਣ ਵਿੱਚ ਕੀਤਾ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਸ਼ਰਾਬ ਦੇ ਕਾਰੋਬਾਰ ਤੇ ਬਾਦਲਾਂ ਦਾ ਕਬਜ਼ਾ ਹੈ। ਇਹ ਪ੍ਰਤੱਖ ਰੂਪ ਨਾਲ ਪੰਜਾਬ ਵਿੱਚ ਹਰ ਬੋਤਲ ਬਾਦਲਾਂ ਵੱਲੋਂ ਵੇਚੀ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੜਾਈ ਪੰਜਾਬ ਲਈ ਹੈ। ਆਵਾਜ਼ੇ ਖਲਕ ਨਗਾੜਾ ਹੈ, ਖੁਦਾ ਜਨਤਾ ਦੀ ਆਵਾਜ਼, ਪਰਮਾਤਮਾ ਦੀ ਆਵਾਜ਼। ਲੁੱਟ ਕੇ ਖਾ ਗਏ ਇਸ ਸੂਬੇ ਨੂੰ, ਲੁੱਟ ਕੇ ਖਾ ਗਏ ਇਸ ਸੂਬੇ ਨੂੰ। ਅਕਸਾਈ ਚੋਂ 25,000 ਕਰੋੜ ਦੀ ਚੋਰੀ ਇੱਕ ਸਾਲ ਦੀ, ਕੱਲੇ ਅਕਸਾਈ ਚੋਂ। ਮਿੱਤਰੋ, ਹੈਰਾਨ ਰਹਿ ਜਾਓਗੇ ਤੁਸੀਂ, ਤਾਮਿਲਨਾਡੂ ਚ 6,000 ਠੇਕੇ, 30,000 ਬੰਦਿਆਂ ਨੂੰ ਨੌਕਰੀ ਸਰਕਾਰੀ, ਤੇ 30,000 ਕਰੋੜ ਦੀ ਆਮਦਨ, ਤੇ ਇੱਥੇ 12,000 ਠੇਕੇ। ਨੌਕਰੀ ਕਿਸੇ ਨੂੰ ਨੀ, ਆਪਦੇ ਹੀ ਗੁੰਡੇ ਖੜੇ ਕੀਤੇ ਆ। ਨੌਕਰੀ ਨੁਕਰੀ ਕਿਸੇ ਨੂੰ ਨੀ, 12,000 ਠੇਕੇ, ਕਿਸੇ ਨੂੰ ਨੌਕਰੀ ਨੀ। ਸ਼ਰਾਬ ਦੀ ਖਪਤ ਵੱਧ ਤੇ ਇਨਕਮ 5,000 ਕਰੋੜ, 25 ਘੜੱਪ ਘੜੱਪ, ਪਤਾ ਨਹੀਂ ਲੱਗਾ, ਡਕਾਰ ਨਹੀਂ ਮਾਰਦੇ। ਇੱਕ ਮਹਿਕਮਾ ਜੇ 25,000 ਕਰੋੜ ਰੁਪਇਆ ਤੁਸੀਂ ਲਾਓ ਨਾ, 10 ਸਾਲਾਂ ਦਾ 2,50,000 ਕਰੋੜ ਬਣਦਾ। ਪਤਾ ਨਹੀਂ ਭੁੱਖਾ ਤੇ ਰੱਜ ਜਾਂਦਾ, ਭੁੱਖੜ ਨਹੀਂ ਰੱਜਦਾ। ਕਿੰਨੀਆਂ ਰੋਟੀਆਂ ਖਾਣੀਆਂ ਯਾਰੋ, ਰੋਟੀਆਂ ਤੇ ਦੋ ਹੀ ਖਾਣੀਆਂ ਨੇ। ਤੇ ਜੇ ਸੂਬੇ ਤੇ ਲਾ ਦਿੰਦੇ, ਧਰਮ ਨਿਭਾ ਦਿੰਦੇ, ਭੁੱਖਿਆਂ ਨੂੰ ਰਜਾ ਦਿੰਦੇ, ਰੋਂਦਿਆਂ ਨੂੰ ਹਸਾ ਦਿੰਦੇ, ਉਜੜਿਆਂ ਨੂੰ ਵਸਾ ਦਿੰਦੇ, ਪੰਜਾਬ ਦੀ ਰਾਹ ਦੇ ਰੋੜਿਆਂ ਨੂੰ ਹਟਾ ਦਿੰਦੇ, ਤੇ ਲੋਕੀ ਪੂਜਦੇ ਤੁਹਾਨੂੰ, ਜੁੱਤੀਆਂ ਨਾ ਮਾਰਦੇ।